ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਸੀਐਮ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਭੈਣ ਮਨਪ੍ਰੀਤ ਕੌਰ ਧੁਰੀ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦਾ ਵਿਕਾਸ ਹੋਣਾ ਸ਼ੁਰੂ ਹੋਇਆ। ਇਸ ਦੌਰਾਨ ਸਤਿੰਦਰ ਚੱਠਾ ਨੇ ਕਿਹਾ ਕਿ ਉਮੀਦਵਾਰ ਮੀਤ ਹੇਅਰ ਬਹੁਤ ਹੀ ਲੋਕ ਹਿਤੈਸ਼ੀ ਸੋਚ ਰੱਖਣ ਵਾਲੇ ਵਿਅਕਤੀ ਹਨ ਅਤੇ ਉਹਨਾਂ ਦੇ ਆਉਣ ਦੇ ਨਾਲ ਸੰਗਰੂਰ ਨੂੰ ਇੱਕ ਨਵੀਂ ਸੋਚ ਮਿਲੇਗੀ ਅਤੇ ਜੋ ਵੀ ਕੰਮ ਅਧੂਰੇ ਪਏ ਹਨ ਉਹ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣਗੇ। ਬਰਨਾਲਾ ਤੋਂ ਹਰਪ੍ਰੀਤ ਛੰਨਾ ਦੀ ਰਿਪੋਰਟ। ਅਸੀਂ ਕੋਈ ਭਾਸ਼ਣ ਨਹੀਂ ਦੇਣਾ ਕਿਉਂਕਿ ਅਸੀਂ ਲੀਡਰ ਨਹੀਂ ਹੈਗੇ, ਤੁਹਾਡੇ ਵਰਗੇ ਹਾਂ, ਤੁਹਾਡੇ ਵਰਗੇ ਪਰਿਵਾਰਾਂ 'ਚ ਉੱਠੇ ਹੋਏ ਹਾਂ, ਤੁਹਾਡੇ ਨਾਲ ਚਾਰ ਗੱਲਾਂ ਕਰਨ ਆਏ ਹਾਂ। ਜਿਵੇਂ ਪਹਿਲਾਂ 2022 'ਚ ਤੁਸੀਂ ਨੇ ਇੰਨਾ ਮਾਣ ਪਿਆਰ ਦਿੱਤਾ ਸੀ, ਸਤਿਕਾਰ ਦਿੱਤਾ ਬਾਈ ਜੀ ਨੂੰ, ਉਹਨਾਂ ਦੀ ਜਿਹੜੇ 7 ਸਾਲ ਦੇ MP ਦੇ ਉਹਨਾਂ ਦੇ ਜਿਹੜੇ ਕੰਮਾਂ 'ਤੇ ਤੁਸੀਂ ਨੇ ਮੋਹਰ ਲਾਈ ਸੀ, ਉਹਨੂੰ ਇੰਨਾ ਮਾਣ ਦਿੱਤਾ, ਪਿਆਰ ਦਿੱਤਾ, ਉਸੇ ਮਾਣ ਪਿਆਰ ਭਰੋਸੇ ਸਦਕਾ ਉਹ ਅੱਜ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਦਾ ਸੇਵਾ ਕਰ ਰਹੇ ਨੇ। ਅਤੇ ਹੁਣ ਵੀ ਉਹਨਾਂ ਨੂੰ ਉਨਾ ਹੀ ਮਾਣ ਹੈ, ਉਨਾ ਹੀ ਭਰੋਸਾ ਹੈ ਤੁਹਾਡੇ 'ਤੇ, ਉਹਨਾਂ ਤੋਂ ਆਇਆ ਨਹੀਂ ਜਾਂਦਾ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਹੁੰਦੀ ਹੈ। ਉਹਨਾਂ ਨੇ ਸਾਡੀ ਜ਼ਿੰਮੇਵਾਰੀ ਲਈ ਹੋਈ ਹੈ ਕਿ ਧੂਰੀ ਦੀਆਂ ਵੋਟਾਂ ਤੁਹਾਡੀ ਜ਼ਿੰਮੇਵਾਰੀ ਹੈ। ਸੋ ਤੁਸੀਂ ਨੇ ਪਹਿਲਾਂ ਵੀ ਬਹੁਤ ਮਾਣ ਪਿਆਰ ਦਿੱਤਾ, ਆਪਣਾ ਪਰਿਵਾਰ ਦਾ ਮੈਂਬਰ ਸਮਝਿਆ ਸਾਨੂੰ, ਅਸੀਂ ਵੀ ਤੁਹਾਡੇ ਜਿੱਥੇ ਵੀ ਸਾਨੂੰ ਸੱਦਾ ਆਉਂਦਾ ਹੈ, ਚਾਹੇ ਕਿਸੇ ਦੇ ਸੁੱਖ ਦੇ ਦੁੱਖ ਦੇ, ਕੋਈ ਸਮਾਜਿਕ ਧਾਰਮਿਕ, ਜਿੱਥੇ ਵੀ ਤੁਹਾਡਾ ਸੱਦਾ ਆਉਂਦਾ ਹੈ ਅਸੀਂ ਉੱਥੇ ਹਾਜ਼ਰ ਹੁੰਦੇ ਹਾਂ। ਇੱਕ ਮੇਨ ਵਾਅਦਾ ਜੋ ਮਾਨ ਸਾਹਿਬ ਨੇ ਲੇਡੀਜ਼ ਨਾਲ, ਮਾਵਾਂ ਨਾਲ, ਭੈਣਾਂ ਨਾਲ ਕਰਿਆ ਸੀ ਵੀ 1000 ਰੁਪਈਆ ਲਾਗੂ ਕਰਨਗੇ, 1000 ਰੁਪਈਆ ਹਰ ਮਹੀਨਾ ਆਇਆ ਕਰੂਗਾ। ਸੋ ਇਹ ਵੀ ਮੈਂ ਉਹਨਾਂ ਦੇ ਅੱਗੇ ਪੂਰੀ ਸਿਫਾਰਿਸ਼ ਕਰਦੀ ਹੁੰਦੀ ਹਾਂ ਬਈ 1000 ਰੁਪਈਆ ਜਲਦ ਤੋਂ ਜਲਦ ਲਾਗੂ ਕਰ ਦਿਉ। ਮੈਨੂੰ ਤਾਂ ਭੈਣਾਂ ਘੇਰ ਲੈਂਦੀਆਂ ਵੀ 1000 ਕਰ ਦਿਉ, ਮੈਂ ਦੱਸ, ਮੈਂ ਕਿਹਾ ਵੀ ਜਲਦ ਤੋਂ ਜਲਦ ਇਹ ਵੀ ਸ਼ੁਰੂਆਤ ਕਰ ਦਿਉ ਕਿਉਂਕਿ ਜੇ ਭੈਣਾਂ ਨਾਲ ਵਾਅਦਾ ਕੀਤਾ ਭਰਾ ਪੂਰਾ ਨਾ ਕਰੇ ਤਾਂ ਉਹ ਭਰਾ ਦਾ ਕੋਈ ਫਾਇਦਾ ਨਹੀਂ ਫਿਰ, ਮੈਨੂੰ ਲੱਗਦਾ। ਸੋ ਭੈਣ ਭਰਾ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਬੜਾ ਹੀ ਇੱਕ ਸੁੱਚਾ ਸੱਚਾ ਰਿਸ਼ਤਾ ਹੁੰਦਾ ਅਤੇ ਮਾਨ ਸਾਹਿਬ ਇਸ ਰਿਸ਼ਤੇ ਨੂੰ ਕਾਇਮ ਰੱਖਣਗੇ। ਜਿਹੜਾ ਤੁਹਾਡਾ 1000 ਦਾ ਵਾਅਦਾ ਕੀਤਾ ਉਹ ਵੀ ਜਲਦ ਤੋਂ ਜਲਦ ਪੂਰਾ ਕਰਨਗੇ। ਜੇ ਆਪਾਂ ਗੱਲ ਕਰ ਲਈਏ ਬਿਜਲੀ ਦੇ ਬਿੱਲਾਂ ਦੀ, ਵੱਡਾ ਵਾਅਦਾ ਸੀਗਾ ਮਾਨ ਸਾਹਿਬ ਦਾ, ਗਰੰਟੀ ਦਿੱਤੀ ਸੀ ਵੀ 600 ਯੂਨਿਟ ਬਿਜਲੀ ਫ੍ਰੀ ਹੋਊਗੀ। ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਜੀ ਕਿਸੇ ਦਾ, ਹੁਣ ਗਰਮੀਆਂ 'ਚ ਆਊਗਾ ਉਹ ਤਾਂ ਨਹੀਂ ਆਉਂਦਾ। ਚਲੋ ਬਹੁਤ ਵਧੀਆ। ਸੋ ਇਹ ਕੰਮ ਨੇ ਜੋ ਮਾਨ ਸਾਹਿਬ ਨੇ ਕਰੇ ਨੇ। ਬਾਕੀ ਜੇ ਆਪਾਂ ਆਪਣੇ ਨੁਮਾਇੰਦੇ ਦੀ ਗੱਲ ਕਰ ਲਈਏ ਗੁਰਮੀਤ ਸਿੰਘ ਮੀਤ ਹੇਅਰ ਜੀ, ਉਹ ਵੀ ਇੱਕ ਸੱਚੇ ਸੁੱਚੇ ਲੀਡਰ ਨੇ ਮਾਨ ਸਾਹਿਬ ਨੇ, ਜੋ ਸੰਗਰੂਰ ਤੋਂ ਜਿਹਨਾਂ ਨੂੰ ਆਪਾਂ ਟਿਕਟ ਦੇ ਕੇ ਉਹਨਾਂ ਨੂੰ ਉਹਦੇ ਦਾਅਵੇਦਾਰ ਬਣਾਇਆ ਕਿ ਉਹ ਲੋਕ ਸਭਾ ਇਲੈਕਸ਼ਨ ਲੜਨ। ਸੋ ਉਹਨਾਂ ਨੇ ਵੀ ਜਿਹੜਾ ਕੰਮ ਹੈ ਉਹ ਬਹੁਤ ਵਧੀਆ, ਉਹਨਾਂ ਨੂੰ ਸਪੋਰਟਸ ਮਿਨਿਸਟਰੀ ਵੀ ਰਹੀ, ਉਹਦੇ 'ਚ ਵੀ ਉਹਨਾਂ ਨੇ ਬਹੁਤ ਕੰਮ ਕੀਤਾ, ਜਿਹੜੇ ਜਿਹੜੇ ਵੀ ਉਹਨਾਂ ਕੋਲ ਮੰਤਰਾਲਿਆ ਰਿਹਾ ਉਹਨਾਂ ਨੇ ਉਹਦੇ 'ਚ ਕੰਮ ਕੀਤਾ। ਸੋ ਇਹੀ ਤੁਹਾਡੇ ਅੱਗੇ ਮੰਗ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਏ। ਜਿਹੜਾ ਮਾਨ ਸਾਹਿਬ ਨੇ ਨਾਰਾ ਦਿੱਤਾ ਵੀ ਇਸ ਵਾਰ 13-0 ਕਰਨਾ, ਆਪਾਂ 13 ਦੀਆਂ 13 ਲੋਕ ਸਭਾ ਸੀਟਾਂ ਆਪਾਂ ਜਿੱਤਣੀਆਂ ਨੇ, ਸੰਗਰੂਰ ਪਿੱਛੇ ਨਹੀਂ ਰਹਿਣਾ ਚਾਹੀਦਾ। ਮੇਰੀ ਇਹੀ ਤੁਹਾਡੇ ਅੱਗੇ ਫਰਿਆਦ ਹੈ ਕਿ ਪਹਿਲੇ ਨੰਬਰ 'ਤੇ ਸੰਗਰੂਰ ਹੋਣਾ ਚਾਹੀਦਾ। ਸੋ ਤੁਸੀਂ 1 ਤਰੀਕ ਨੂੰ ਪੈਣਾ ਤਾਂ ਜ਼ਰੂਰ ਵੱਧ ਤੋਂ ਵੱਧ ਪੋਲਿੰਗ ਕਰਕੇ ਆਇਓ। ਬੰਦੇ ਤਾਂ ਇੱਧਰ ਉੱਧਰ ਹੋ ਜਾਂਦੇ ਨੇ, ਕਿਸੇ ਦੇ ਮਗਰ ਵੀ ਲੱਗ ਜਾਂਦੇ ਨੇ, BP ਨਹੀਂ ਲੱਗਦੀਆਂ ਹੁੰਦੀਆਂ, BP ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੰਮ ਕਰ ਰਿਹਾ। ਸੋ ਵੱਧ ਤੋਂ ਵੱਧ ਤੁਸੀਂ 1 ਤਰੀਕ ਨੂੰ ਗਰਮੀ ਨਾ ਮੰਨਿਓ, ਨਾ ਤੁਸੀਂ ਇਹ ਸੋਚਿਓ ਵੀ ਕੌਣ ਲੈ ਕੇ ਜਾਊਗਾ, ਜਿਵੇਂ ਤਿਵੇਂ ਕਰਕੇ ਪੋਲਿੰਗ ਜ਼ਰੂਰ ਕਰਕੇ ਆਇਓ। ਹਮੇਸ਼ਾ ਸੁਣਨ ਨੂੰ ਮਿਲਦਾ ਵੀ ਆਪਾਂ ਔਰਤਾਂ ਦੀ, ਵਿਮੈਨਸ ਦੀ ਪੋਲਿੰਗ ਬਹੁਤ ਘੱਟ ਹੋਈ ਹੈ, ਜਦਕਿ ਆਪਾਂ ਸਭ ਤੋਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੁੰਦੀਆਂ, ਆਪਾਂ ਸਭ ਜਾਣਦੀਆਂ ਹੁੰਦੀਆਂ, ਫਿਰ ਵੀ ਪਤਾ ਨਹੀਂ ਵੋਟਾਂ ਵਾਲੇ ਦਿਨ ਕਿਉਂ ਘਰੇ ਬੈਠੀਆਂ ਰਹਿ ਜਾਂਦੀਆਂ।
ਮੇਰੀ ਇਹੀ ਤੁਹਾਡੇ ਅੱਗੇ ਫਰਿਆਦ ਹੈ ਕਿ ਵੋਟਾਂ ਵੱਧ ਤੋਂ ਵੱਧ ਪਾਇਓ। ਤੁਹਾਡੇ ਵੋਟ ਇਤਿਹਾਸ ਬਦਲਦੀ ਹੈ, ਤੁਹਾਡੇ ਬੱਚਿਆਂ ਦਾ ਚੰਗੀ ਐਜੂਕੇਸ਼ਨ, ਚੰਗਾ ਹੈਲਥ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਤੁਹਾਨੂੰ ਤੁਹਾਡੀ ਵੋਟ ਹੀ ਦੇ ਸਕਦੀ ਹੈ। ਤੁਸੀਂ ਆਪਦਾ ਇਹ ਹੱਕ, ਬੜੀਆਂ ਮੁਸ਼ਕਲਾਂ ਨਾਲ ਹੱਕ ਮਿਲਿਆ, ਇਸ ਹੱਕ ਨੂੰ ਨਾ ਗਵਾਇਓ। ਵੱਧ ਤੋਂ ਵੱਧ ਪੋਲਿੰਗ ਕਰਿਓ ਅਤੇ ਆਉਣ ਵਾਲੀ 1 ਤਰੀਕ ਨੂੰ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਾ ਕੇ ਵੱਧ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਇਓ। ਅੱਜ ਇਹ ਵਾਰਡ ਨੰਬਰ 10 ਦਾ ਇਕੱਠ ਸੀਗਾ, ਇਹ ਜਿਹੜਾ ਪ੍ਰੀਤ ਵਿਆਹ ਗੁਰਤੇਗ ਬਹਾਦਰ ਨਗਰ ਦਾ, ਅੱਜ ਪੂਰਾ ਲੋਕਾਂ 'ਚ ਉਤਸਾਹ ਸੀਗਾ। ਗੁਰਮੀਤ ਮੀਤਹੇਰ ਜੀ ਨੂੰ ਜਿਵੇਂ ਮਾਨਸਾ ਨੂੰ ਜਿੰਨੀਆਂ ਵੋਟਾਂ ਤੋਂ ਇੱਥੇ ਜਿਤਾਇਆ ਸੀਗਾ, ਉਦੋਂ ਵੀ ਰਿਕਾਰਡ ਤੋੜ ਵੋਟਾਂ ਨਾਲ ਗੁਰਮੀਤ ਮੀਤਹੇਰ ਜੀ ਨੂੰ ਜਿਤਾਉਣਗੇ ਲੋਕ। ਇੱਕ CM PM ਸਾਹਿਬ ਪੰਜਾਬ ਦੇ ਦੌਰੇ 'ਤੇ ਨੇ, ਉਹਨਾਂ ਬਾਰੇ ਤੁਸੀਂ ਕੀ ਕਹੋਗੇ ਜੀ? PM ਸਾਹਿਬ ਬਾਰੇ ਮੈਂ ਕਹੂੰਗਾ ਜੀ, ਉਹਨਾਂ ਨੇ ਤੁਸੀਂ ਤਾਂ ਉਹਨਾਂ ਦਾ ਕੈਮਰਾ ਦੇਖਿਓ, ਉਹਨਾਂ ਨੇ ਪਬਲਿਕ 'ਤੇ ਕੈਮਰਾ ਨਹੀਂ ਲਾਇਆ ਔਰ ਇੱਕ ਵਾਰੀ ਲੱਗਿਆ ਵੀ ਹੈ ਤਾਂ ਤੁਸੀਂ ਦੇਖਿਓ ਜਿਹੜੇ ਝੁੱਗੇ ਝੋਪੜੀ ਵਾਲੇ ਉਹਨਾਂ ਨੂੰ ਭਰ ਕੇ ਲੈ ਕੇ ਗਈ ਹੈ, ਨਹੀਂ ਕਿਤੇ ਹੋਰ ਕੋਈ ਆਮ ਬੰਦਾ, ਕੋਈ ਹੋਰ ਪਰਿਵਾਰ ਕਿਤੇ ਉੱਥੇ ਨਹੀਂ ਗਿਆ ਕੋਈ ਵੀ। ਗੌਰ ਨਾਲ ਦੇਖਿਓ ਤੁਸੀਂ ਕੈਮਰੇ ਜਦੋਂ ਚੱਲ ਰਿਹਾ ਤਾਂ ਝੁੱਗੀ ਝੋਪੜੀ ਵਾਲੇ ਦੀ ਦੇਣਾ ਵਿੱਚ ਕੀ 1000 ਰੁਪਏ ਦੀ ਗਰੰਟੀ ਜਿਹੜੀ ਹੈ ਇਸ ਵਾਰ ਪੂਰੀ ਹੋਊਗੀ ਜੀ? 1000 ਰੁਪਏ ਦੀ ਗਰੰਟੀ ਪੱਕਾ ਪੂਰੀ ਹੋਊਗੀ, ਇਹਦੇ 'ਚ ਕੋਈ ਦੋ ਰਾਇ ਨਹੀਂ। ਮਾਨ ਸਾਹਿਬ ਪੂਰੇ ਇਸ ਵੇਲੇ ਸੀਰੀਅਸ ਨੇ ਔਰ ਸਾਡੀਆਂ 5 ਗਰੰਟੀਆਂ ਸੀਗੀਆਂ, 5 ਚੋਂ 4 ਪੂਰੀਆਂ, ਕਹਿੰਦੇ ਇੱਕੋ ਹੀ ਗਰੰਟੀ ਰਹਿੰਦੀ ਹੈ। ਦੂਜੀਆਂ ਸਰਕਾਰਾਂ 5 ਸਾਲ ਦੇ ਵਿੱਚ ਲਾਸਟ ਦੇ ਜਾ ਕੇ ਪੂਰੀਆਂ ਕਰਦੀਆਂ ਸੀਗੀਆਂ, ਅਸੀਂ ਬਹੁਤ ਜਲਦੀ ਉਹਨੂੰ ਪੂਰੀ ਕਰ ਰਹੇ ਹਾਂ। ਇੱਕ ਪਾਸੇ ਦੇਖਿਆ ਗਿਆ ਕਿ ਨੌਜਵਾਨ ਜਿਹੜੇ ਹੈਗੇ ਆ ਬਾਹਰ ਜਾ ਰਿਹਾ ਪੜ੍ਹ ਕੇ, ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ, ਉਹਦਾ ਕੀ ਕਾਰਨ ਹੈ ਜੀ? ਨੌਜਵਾਨ ਬਾਹਰ ਜਾ ਰਹੇ ਨੇ ਪਰ ਨੌਜਵਾਨ ਆ ਵੀ ਰਹੇ ਨੇ, ਬਹੁਤ ਜਵਾਨ ਤੁਹਾਨੂੰ ਇਹੋ ਜਿਹੇ ਮਿਲ ਗਏ ਜਿਹਨਾਂ ਨੂੰ ਨੌਕਰੀਆਂ ਮਿਲੀਆਂ ਨੇ। ਮੈਂ ਫੋਰਨ ਗਿਆ ਸੀਗਾ, ਮੈਂ ਵਾਪਸ ਆ ਕੇ ਮੈਨੂੰ ਨੌਕਰੀ ਮਿਲ ਗਈ, ਮੈਨੂੰ ਪੁਲਿਸ ਦੇ ਮਿਲ ਗਈ, ਮੈਂ ਟੀਚਰ ਲੱਗ ਗਿਆ। ਇਹ ਰੁਝਾਨ ਹੌਲੀ ਹੌਲੀ ਰੁਕੂਗਾ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ। ਹਮਾਰੇ ਪਾਸ ਵੈਨ